ਤੇ ਲੱਖ ਕਰੋੜ ਦਾ ਕਰਜ਼ਾ ਦੱਸਿਆ ਜਾਂਦਾ ਇਹ ਖਰਚਾ ਚੜ ਕਿੱਦਾਂ ਗਿਆ ਪੰਜਾਬ ਸਰ ਤੇ ਇਹਦੇ ਲਈ ਜ਼ਿੰਮੇਵਾਰ ਤੁਸੀਂ ਕਿਹਨੂੰ ਮੰਨਦੇ ਹੋ ਖਵਾਕ ਸਰਕਾਰਾਂ ਦਾ ਗੈਰ ਜ਼ਿੰਮੇਵਾਰੀ ਨਾਲ ਪੰਜਾਬ ਤੇ ਰਾਜ ਕਰਨਾ ਕਰਜ਼ੇ ਲਈ ਜ਼ਿੰਮੇਵਾਰ ਬਣਦੇ ਕਿ ਖਾੜਕੂ ਬਾਦ ਮੌਕੇ ਜਿੰਨੀਆਂ ਪੈਰਾ ਮਿਲਟਰੀ ਫੋਰਸੇ ਇੱਥੇ ਲਾਈਏ ਗਈਆਂ ਇਹ ਉਹਨਾਂ ਸਾਰਿਆਂ ਦਾ ਖਰਚਾ ਪੰਜਾਬ ਤੇ ਪਾਇਆ ਗਿਆ ਇਥੋਂ ਦੀਆਂ ਅਯੋਗ ਇਕਾਈਆਂ ਪੰਜਾਬ ਤੋਂ ਬਾਹਰ ਗਈਆਂ ਉਹਨਾਂ ਨਾਲ ਵੀ ਸਾਡੀ ਸਟੇਟ ਦੀ ਆਮਦਨ ਘਟੀ ਫਸਲੀ ਵੀ ਪੰਡਤਾ ਦੀ ਜਿਹੜੀ ਗੱਲ ਵੱਡੀ ਵੱਡੀ ਯੂਨੀਵਰਸਟੀਆਂ ਕਰਦੀਆਂ ਨੇ ਉਹ ਲਾਗੂ ਕਿਉਂ ਨਹੀਂ ਹੁੰਦੀ ਅਸੀਂ ਤੁਹਾਡੇ ਕਹਿੰਦੇ ਫਸਲ ਲਾ ਦਨੇ ਆ ਉਹਦਾ ਪੈਸਾ ਕਿੱਥੇ ਐਮ ਐਸ ਪੀ ਸਾਨੂੰ ਕਣਕ ਛੋਣੇ ਤੋਂ ਮਿਲਨੀ ਆ ਅਸੀਂ ਦੂਜੀ ਫਸਲ ਕਿਉਂ ਲਾਈਏ ਅਸੀਂ ਧਰਤੀ ਸ਼ਾਨਤੀ ਅਸੀਂ ਕਿੰਨਾ ਕੁ ਪਾਣੀ ਹੋਰ ਕੱਢਾਂਗੇ ਮੁੜ ਕੇ ਤਾਂ ਅਸੀਂ ਰੇਗਿਸਤਾਨ ਵੱਲ ਜਾ ਰਹਾਂਗੇ ਇਸ ਲਈ ਧਾਨ ਦੀ ਫਸਲ ਤੋਂ ਖੜਾ ਜੇ ਅੱਜ ਛੜਾ ਸਕਦਾ ਉਹ ਸਿਰਫ ਸਿਰਫ ਕੇਂਦਰ ਸਰਕਾਰ ਛੜਾ ਸਕਦੀ ਹੈ ਐਮ ਐਸ ਪੀ ਨਾ ਹੋਣ ਕਰਕੇ ਮੰਡੀ ਦੀ ਲੁੱਟ ਕਿਸਾਨਾਂ ਨੂੰ ਬਿਲਕੁਲ ਖਤਮ ਕਰ ਦੋ ਤੇ ਜਿਹੜੇ ਆਪਾਂ ਖੇਤਾਂ 'ਚ ਬੈਠੇ ਆਂ ਦੂਰ ਦੂਰ ਤੱਕ ਆ ਦੇਖ ਇਹ ਖੇਤ ਆ ਫਿਰ ਕਾਰਪੋਰੇਸ਼ਨਾਂ ਦੇ ਹੋ ਜਾਣਗੇ ਕਾਰਪੋਰੇਸ਼ਨਾਂ ਸਾਡੇ ਦੇਖ ਲਈ ਖੇਤੀ ਕਿਉਂ ਕਰਨੀਆਂ ਕਾਰਪੋਰੇਸ਼ਨਾਂ ਆਪ ਦੇ ਨਫੇ ਲਈ ਖੇਤੀ ਕਰਨੀਆਂ ਧਾਨ ਦੀ ਐਮਐਸਪੀ ਸੋਨੇ ਦੇ ਦੂਜੇ ਫਸਲਾਂ ਦੇ ਮੁਕਾਬਲੇ ਜ਼ਿਆਦਾ ਰੱਖੀ ਅਤੇ ਨਾਲ ਨਾਲ ਜਿਹੜਾ ਉਹਦੀ ਪ੍ਰੋਕਿਊਰਮੈਂਟ ਵੀ ਕੀਤੀ ਇਸ ਕਰਕੇ ਕਿਸਾਨ ਨੂੰ ਕਮਰਸ਼ੀਅਲ ਬਣਾ ਦਿੱਤਾ ਗਿਆ ਨਫੇ ਨਾ ਬੰਦ ਦਿੱਤਾ ਗਿਆ ਇਸ ਲਈ ਉਹ ਜਿਹੜਾ ਹੈਗਾ ਬੇ ਉਧਰ ਨੂੰ ਧਾਨ ਦੀ ਫਸਲ ਵਾਣੀ ਜਾ ਪ੍ਰਾਇਮੇਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਇਸ ਵੇਲੇ ਅਸੀਂ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਬੈਠੇ ਆ ਤੇ ਇਸ ਪਿੰਡ ਦੇ ਵਿੱਚ ਜਿੱਥੇ ਖੇਤਾਂ ਦੇ ਵਿੱਚ ਬੈਠੇ ਆ ਇਹ ਖੇਤਾਂ ਦੇ ਵਿੱਚੋਂ ਆਪਣੇ ਆਪ ਦੇ ਵਿੱਚੋਂ ਪੰਜਾਬ ਨਿਕਲਦਾ ਹੈ ਤੇ ਪੰਜਾਬ ਦੀ ਆਰਥਿਕਤਾ ਦਾ ਵੱਡਾ ਜਿਹੜਾ ਪ੍ਰਭਾਵ ਹੈ ਉਹ ਇਨ੍ਹਾਂ ਖੇਤੀਬਾੜੀ ਸੈਕਟਰ ਦੇ ਵਿੱਚੋਂ ਹੀ ਨਿਕਲਦਾ ਹੈ ਜਦੋਂ ਖੇਤੀਬਾੜੀ ਦੀ ਗੱਲ ਤੁਰਦੀ ਹੈ ਤਾਂ ਲਗਾਤਾਰ ਕਿਸਾਨਾਂ ਤੋਂ ਪੁੱਛੋ ਤਾਂ ਉਹ ਕਹਿੰਦੇ ਨੇ ਕਿ ਖੇਤੀ ਘਾਟੇ 'ਚ ਜਾ ਰਹੀ ਹੈ ਉਹਦੇ ਪਿੱਛੇ ਕਈ ਕਾਰਨ ਨੇ ਕਾਰਨਾਂ ਦੇ ਬਾਰੇ ਆਪਾਂ ਅੱਜ ਵਿਚਾਰ ਚਰਚਾ ਕਰਾਂਗੇ ਤੇ ਪੰਜਾਬ ਦੀ ਸਿਹਤ ਸਿੱਖਿਆ ਪ੍ਰਵਾਸ ਇਹ ਕਿਉਂ ਹੋ ਰਿਹਾ ਇਹਨੂੰ ਕਿੱਦਾਂ ਰੋਕਿਆ ਜਾ ਸਕਦਾ ਹੈ ਜੇ ਨਵੀਂ ਸਰਕਾਰ ਆਈ ਹੈ ਤਾਂ ਉਹ ਇਹਦਾ ਕੀ ਹੱਲ ਕੱਢੇ ਇਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਖਾਸ ਮਹਿਮਾਨ ਹੋਣਗੇ ਡਾਕਟਰ ਗਿਆਨ ਸਿੰਘ ਜੀ ਉੱਗੇ ਅਰਥ ਸ਼ਾਸਤਰੀ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਬਹੁਤ ਬਹੁਤ ਸਵਾਗਤ ਸੱਜਿਆ ਜੀ ਤੁਹਾਡਾ ਸਵਾਗਤ ਕਿਵੇਂ ਦੇਖਦੇ ਹੋ ਸਰ ਪੰਜਾਬ ਜਿਸ ਤਰੀਕੇ ਨਾਲ ਹੁਣ ਪੰਜਾਬ ਦੀ ਆਰਥਿਕਤਾ ਕਹਿੰਦੇ ਉਹ ਗੱਡਾ ਜਿਹੜਾ ਚਿੱਕੜ 'ਚ ਫਸਿਆ ਹੋਇਆ ਕਿ ਉਹਨੂੰ ਚਿੱਕੜ ਤੋਂ ਬਾਹਰ ਕੱਢ ਕੇ ਤੋੜ ਲੈਣਗੇ ਨਵੀਂ ਸਰਕਾਰ। ਹੇ ਦੇਖੋ ਇਸ ਤੋਂ ਪਹਿਲੀਆਂ ਸਰਕਾਰਾਂ ਨੇ ਵੀ ਸਾਡੇ ਨਾਲ ਬਹੁਤ ਵਾਅਦੇ ਕੀਤੇ। ਹੂੰ ਵੀ ਗੱਡਾ ਚਿੱਕੜ 'ਚੋਂ ਹੀ ਨਹੀਂ ਬਾਹਰ ਕਢਣਾ। ਗੱਡੇ ਤੋਂ ਅਸੀਂ ਰੌਕਟ ਦੇ ਉੱਪਰ ਜਾਣਾ ਹੈਗਾ। ਤੇ ਹੁਣ ਜਿਹੜੀ ਗੱਲ ਹੈਗੀ ਜਿੱਥੇ ਅੱਜ ਪੰਜਾਬ ਦੀ ਆਰਥਿਕਤਾ ਖੜੀ ਹੈ ਇਹ ਸਾਡੀ ਹਾਲਤ ਬਹੁਤ ਡਾਮਾ ਡੋਲ ਹੈ। ਜੀ ਪੰਜਾਬ ਸਰਕਾਰ ਸਿਰ ਵੱਡਾ ਕਰਜ਼ਾ ਤੇ ਉਹਦੇ ਨਾਲ ਨਾਲ ਤੇ ਜੇ ਅਸੀਂ ਮੰਨੇ ਜਾਂਦੇ ਪਰਮਾਨਿਆਂ ਨੂੰ ਲਈਏ ਕਿ ਆਰਥਿਕਤਾ ਦੇਖੀ ਤਾਂ ਪੰਜਾਬ ਦਾ ਪਰ ਕੈਪਟਾ ਇਨਕਮ ਚ ਸਟੇਟ ਜੀਡੀਪੀ ਦੇ ਵਿੱਚ ਸਾਡਾ ਰੈਂਕ ਬਹੁਤ ਹੀ ਥੱਲੇ ਹੈਗਾ ਸਾਡੀ ਹਾਲਤ ਪਤਲੀ ਹੈ ਇੱਥੋਂ ਤੱਕ ਕਿ ਪੰਜਾਬ ਦੇ ਵਿੱਚ এমਪਲੋਇਮੈਂਟ ਇੰਨੀ ਘਟ ਗਈ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਵੱਡੇ ਬੱਦਰ ਤੇ ਪ੍ਰਵਾਸ ਕਰ ਰਹੀ ਹੈ ਜੀ ਹੈਨਾ ਜਿਹਦਾ ਸਾਨੂੰ ਇਹ ਪੂੰਜੀ ਦਾ ਵੀ ਹੁੰਝਾ ਲੱਗ ਰਿਹਾ ਹੈ ਸਾਡਾ ਬੌਧਕ ਹੁੰਜਾ ਵੀ ਹੈਗਾ ਨਾਲ ਨਾਲ ਡੈਮੋਗ੍ਰਾਫਿਕ ਡਿਵਿਡੈਂਡ ਜਿਹਨੂੰ ਜਨਸੰਖਿਆਕ ਲਾਭਾਂਸ਼ ਕਹਿੰਦੇ ਆ ਉਹਦੇ ਵੱਡੇ ਨੁਕਸਾਨ ਨੇ ਇਸ ਤੋਂ ਉਸ ਤੋਂ ਬਿਨਾ ਸਮਾਜ ਦੇ ਵਿੱਚ ਵੱਖ-ਵੱਖ ਵਿਗਾੜ ਆ ਰਹੇ ਨੇ ਐਡੇ ਵੱਡੇ ਪ੍ਰਵਾਸ ਦੇ ਇਸ ਲਈ ਇਹਨੂੰ ਸਾਰੀ ਗੱਲ ਨੂੰ ਸੁਧਾਰਨਾ ਇੱਕ ਵੱਡਾ ਚੈਲੰਜ ਹੈ ਤੇ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਇਹ ਸਰਕਾਰ ਕਿਸ ਤਰ੍ਹਾਂ ਦੀ ਈਡਿਆਲੋਜੀ ਅਪਣਾਉਂਦੀ ਹੈ ਤੇ ਉਹਦੇ ਵਿੱਚੋਂ ਕਿੱਧਰ ਨੂੰ ਲੈ ਕੇ ਜਾਂਦੀ ਹੈ ਤਾਂ ਕਿ ਸਟੇਟ ਕਿਸੇ ਚੰਗੇ ਪਾਸੇ ਚੱਲ ਸਕੇ ਜੀ ਕੱਟਸ ਜਦੋਂ ਅਸੀਂ ਥੋੜੀ ਜੀ ਸੋਚੀ ਸੰਭਾਲੀ ਉਦੋਂ ਇੱਕੋ ਗੱਲ ਸੁਣਨ ਨੂੰ ਮਿਲੀ ਕਿ ਪੰਜਾਬ ਸਰ ਕਰਜ਼ਾ ਅੱਜ ਪੰਜਾਬ ਦਾ ਬੱਚਾ ਬੱਚਾ ਲੱਖ 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 ਰੁਪਏ ਦਾ ਕਰਜ਼ਾਈ ਹੈਗਾ ਜੇ ਮੰਨੇ ਇੱਕ ਮੋਟਾ ਜਿਹਾ ਹਿਸਾਬ ਲਾਈਏ ਬਾਕੀ ਤੁਸੀਂ ਇਹਨੂੰ ਸਹੀ ਕਰਦੇ ਹੋਗੇ ਤੇ ਲੱਖ ਕਰੋੜ ਦਾ ਕਰਜ਼ਾ ਦੱਸਿਆ ਜਾਂਦਾ ਇਹ ਕਰਜ਼ਾ ਚੜ ਕਿੱਦਾਂ ਗਿਆ ਪੰਜਾਬ ਸਰ ਤੇ ਇਹਦੇ ਲਈ ਜ਼ਿੰਮੇਵਾਰ ਤੁਸੀਂ ਕਿਹਨੂੰ ਮੰਨਦੇ ਹੋ ਦੇਖੋ ਜਿਹੜਾ ਪੰਜਾਬ ਸਰ ਕਰਜ਼ਾ ਹੈ ਉਹ ਲਗਭਗ 3 ਲੱਖ ਕਰੋੜ ਦਾ ਹੈਗਾ 3 ਲੱਖ ਕਰੋੜ ਦਾ ਵੱਡਾ ਕਰਜ਼ਾ ਹੈਗਾ ਇਹ ਐਗਜੈਕਟ ਫਿਗਰ ਇਸ਼ਾਰੇ ਚ ਉਹਨਾਂ ਪਛੜਦੀ ਹੈ ਜੀ ਤੇ ਇਹ ਐਡਾ ਵੱਡਾ ਕਰਜ਼ਾ ਹੈ ਇਹ ਇੱਕ ਦਿਨ ਦਾ ਬਣਿਆ ਨਹੀਂ ਜੇ ਅਸੀਂ ਖਾੜਕੂਵਾਦ ਤੋਂ ਪਹਿਲਾਂ ਚੱਲ ਜਾਈਏ ਤਾਂ ਪੰਜਾਬ ਦਾ ਬਜਟ ਸਰਪਲਸ ਬਜਟ ਹੁੰਦਾ ਸੀ ਅੱਛਾ ਜੀ ਸਭ ਤੋਂ ਪਹਿਲਾਂ ਵੱਡਾ ਕਾਰਨ ਤਾਂ ਇਹ ਬਣਿਆ ਕਿ ਖਾੜਕੂਵਾਦ ਮੌਕੇ ਜਿੰਨੀਆਂ ਪੈਰਾ ਮਿਲਟਰੀ ਫੋਰਸਿਸ ਇੱਥੇ ਲਾਈ ਗਈਆਂ ਇਹ ਉਹਨਾਂ ਸਾਰਿਆਂ ਦਾ ਖਰਚਾ ਪੰਜਾਬ ਉੱਤੇ ਪਾਇਆ ਗਿਆ ਪੰਜਾਬ ਇਕੱਲੀਓ ਸਟੇਟ ਹੈ ਜਿੱਥੇ ਲੈਂਡ ਆਰਡਰ ਨੂੰ ਮੇਨਟੇਨ ਕਰ ਲਈ ਇਸ ਤਰ੍ਹਾਂ ਦਾ ਖਰਚਾ ਪਾਇਆ ਗਿਆ ਇਸ ਤੋਂ ਬਿਨਾ ਪੰਜਾਬ ਦੇ ਵਿੱਚ ਖਾੜਕੂਵਾਦ ਦੌਰ ਦਰਾਂ ਅਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਨੀਤੀਆਂ ਕਰਕੇ ਇਥੋਂ ਦੀਆਂ ਅਯੋਗ ਇਕਾਈਆਂ ਪੰਜਾਬ ਤੋਂ ਬਾਹਰ ਗਈਆਂ ਉਹਨਾਂ ਨਾਲ ਵੀ ਸਾਡੀ ਸਟੇਟ ਦੀ ਆਮਦਨ ਘਟੀ ਤੇ ਸਟੇਟ ਜੁम्मे ਕਰਜਾ ਵਧਦਾ ਰਿਹਾ ਕਿਉਂਕਿ ਜਦ ਇਹ ਖੜਕਵਾਦ ਖੜਕਵਾਦ ਦੌਰਾਨ ਖੜਕਵਾਦ ਦੌਰ ਦੌਰਾਨ ਗਈਆਂ ਤਾਂ ਵੱਖ-ਵੱਖ ਭੱਜ ਗਈਆਂ ਪਰ ਹਿੱਲੀ ਸਟੇਟਸ ਨੂੰ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਕੰਸੈਸ਼ਨ ਦੇਣ ਕਰਕੇ ਸਾਡੇ ਅਯੋਗ ਇਕਾਈਆਂ ਸਾਡੇ ਕੋਲੋਂ ਨਾਲ ਲੱਗਦੇ ਇਹ ਹਿਮਾਚਲ ਪ੍ਰਦੇਸ਼ ਚ ਹੋਰ ਜਗ੍ਹਾ ਚਲੇ ਗਿਆਂ ਜਿਹਦਾ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਉਸ ਤੋਂ ਵੀ ਵੱਡਾ ਨੁਕਸਾਨ ਹੈ ਕਿ ਪੂਰੇ ਦੇਸ਼ ਦੇ ਵਿੱਚ ਜਿਹੜਾ ਸੰਗੀਤਾਂਚਾ ਹੈ ਉਹ ਦੀ ਸੰਗੀਤ ਘੁੱਟੀ ਜਾ ਰਹੀ ਹੈ ਉਹਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਸਟੇਟਾਂ ਨੂੰ ਪਿੱਛੇ ਲਿਆਂਦਾ ਜਾ ਰਿਹਾ ਹੈ ਪੰਜਾਬ ਦੀ ਕੰਟਰੀਬਿਊਸ਼ਨ ਦੇਸ਼ ਦੀ ਆਜ਼ਾਦੀ ਚ ਉਸ ਤੋਂ ਬਾਅਦ ਦੇਸ਼ ਦੇ ਅਨਾਜ ਭੰਡਾਰ ਦੇ ਵਿੱਚ ਐਕਸੈਪਸ਼ਨਲ ਹੈਗੀ ਤੇ ਇੱਕ ਸਟੱਡੀ ਹੈਗੀ OECD ਅਤੇ ਅਸ਼ੋਕ ਗੁਲਾਟੀ ਦੀ ਜੀ ਦੋਨਾਂ ਨੇ ਮਿਲ ਕੇ ਕੀਤੀ ਹੈ ਉਦੇ ਮੁਤਾਬਕ 2000 ਤੋਂ ਲੈ ਕੇ 2016 ਤੱਕ ਜਿਹੜਾ ਹੈਗਾ 45 ਲੱਖ ਕਰੋੜ ਰੁਪਏ ਦੇ ਇਮਪਲੀਸਿਟ ਟੈਕਸੇਸ਼ਨ ਹੋਈ ਹੈ ਐਗਰੀਕਲਚਰ ਸੈਕਟਰ ਤੇ ਉਹ ਸਭ ਤੋਂ ਵੱਡਾ ਇਮਪੈਕਟ ਪੰਜਾਬ ਤੇ ਹੀ ਪੈਣਾ ਕਿਉਂਕਿ ਪੰਜਾਬ ਇੱਕ ਸਟੇਟ ਹੈ ਜਿਹੜਾ ਲੰਬੇ ਸਮੇਂ ਲਈ ਕਣਕ ਦੇ ਚੌਲਾਂ ਦੇ ਰੂਪ ਚ ਕੇਂਦਰੀ ਅਨਾਜ ਭੰਡਾਰ ਨੂੰ 50% ਇਕੱਲਾ ਯੋਗਦਾਨ ਪਾਉਂਦਾ ਰਿਹਾ ਜਦੋਂ ਕਿ ਇਹਦਾ ਭੂਗੋਲਿਕ ਏਰੀਆ ਸਿਰਫ 1.5 4% ਹੈਗਾ ਤੇ ਹੁਣ ਵੀ ਭਾਵੇਂ ਦੂਜੀਆਂ ਸਟੇਟਾਂ ਨੂੰ ਪ੍ਰੈਫਰੈਂਸ਼ੀਅਲ ਟ੍ਰੀਟਮੈਂਟ ਦੇਣ ਕਰਕੇ ਇਹ ਸਾਡਾ ਕੁਝ ਹਿੱਸਾ ਘਟਿਆ ਹੈ ਪਰ ਸਾਡਾ ਹਿੱਸਾ ਹਾਲੇ ਵੀ 32-33 ਫੀਸਦੀ ਦੇ ਬਰਾਬਰ ਹੈ ਮੈਂ ਜੇ 32-33 ਫੀਸਦੀ 1.5 4% ਜੀਓਗ੍ਰਾਫੀਕਲ ਏਰੀਆ 'ਚ ਜਾਣਾ ਬਹੁਤ ਵੱਡੀ ਗੱਲ ਹੈ ਜਦੋਂ ਵੀ ਕੋਈ ਕੁਦਰਤੀ ਆਫਤਾਂ ਆਉਂਦੀਆਂ ਨੇ ਕੁਦਰਤੀ ਆਫਤਾਂ ਮੌਕੇ ਕੱਲਾ ਪੰਜਾਬ ਹੀ ਸਟੇਬਲ ਰਹਿੰਦਾ ਜੇ ਪੰਜਾਬ ਦੀ ਕੰਟ੍ਰਿਬਿਊਸ਼ਨ ਇਹ ਰਿਲੇਟਿਵ ਟਰਮ 'ਚ ਵੱਧ ਰਹਿੰਦੀ ਹੈ ਹੁਣ ਕੋਈ ਮੌਸਮ ਦੇ ਖਰਾਬ ਹੋਣ ਕਰਕੇ ਕਣਕ ਦਾ ਝਾੜ ਘਟਿਆ ਪਰ ਫਿਰ ਵੀ ਸਾਡੀ ਅਨਾਜ ਸੁਰੱਖਿਆ ਨੂੰ ਜਾਂ ਸਾਡੇ ਕੇਂਦਰੀ ਅਨਾਜ ਭੰਡਾਰ ਨੂੰ ਜਾਂ ਬਾਹਲੇ ਦੇਸ਼ਾਂ ਨੂੰ ਭੇਜਣ ਲਈ ਪੰਜਾਬ ਤੇ ਨਿਰਭਰਤਾ ਰਹੂਗੀ ਪੰਜਾਬ ਤੋਂ ਬਾਹਰ ਨਹੀਂ ਹੁੰਦੀ ਇਸ ਲਈ ਸੰਘੀ ਢਾਂਚੇ ਦਾ ਕਮਜ਼ੋਰ ਹੋਣਾ ਸਟੇਟ ਦੇ ਟੈਕਸੇਸ਼ਨ ਦੇ ਰਾਈਟਸ ਕੱਟਣੇ ਤੇ ਨਾਲ ਨਾਲ ਜਿਹੜੇ ਪਹਿਲੇ ਮੈਂ ਕਾਰਨ ਦੱਸੇ ਨੇ ਖਾੜਕੂਵਾਦ ਦੌਰ ਦੌਰਾਨ ਤੇ ਬਾਅਦ ਵਿੱਚ ਇੱਥੋਂ ਉਜੋਗਾਂ ਦਾ ਬਾਹਰ ਜਾਣਾ ਅਤੇ ਸਾਡੇ ਵੱਖ-ਵੱਖ ਸਰਕਾਰਾਂ ਦਾ ਗੈਰ ਜ਼ਿੰਮੇਵਾਰੀ ਨਾਲ ਪੰਜਾਬ ਤੇ ਰਾਜ ਕਰਨਾ ਏ ਉਹ ਇਹਦੇ ਲਈ ਕਰਜੇ ਲਈ ਜ਼ਿੰਮੇਵਾਰ ਬਣਦੇ ਆ ਸਰ ਸਾਬ ਕਹਿੰਦੇ ਨੇ ਕਣਕ ਝੋਨੇ ਚੋਂ ਪੰਜਾਬ ਨੂੰ ਬਾਹਰ ਕੱਢਣਾ ਇਹ ਇਸ ਵੇਲੇ ਸਮੇਂ ਦੀ ਲੋੜ ਹੈ ਬਹੁਤ سارے ਬੁੱਧੀਜੀਵੀ ਵੀ ਇਹ ਗੱਲ ਕਹਿੰਦੇ ਨੇ ਤਾਂ ਤੁਹਾਨੂੰ ਕੀ ਲੱਗਦਾ ਹੈਗਾ ਫਸਲੀ ਵਿਭਿੰਨਤਾ ਦੀ ਜਿਹੜੀ ਗੱਲ ਵੱਡੀ ਵੱਡੀ ਯੂਨੀਵਰਸਟੀਆਂ ਕਰਦੀਆਂ ਨੇ ਉਹ ਲਾਗੂ ਕਿਉਂ ਨਹੀਂ ਹੁੰਦੀ ਉਹ ਜ਼ਮੀਨੀ ਪੱਧਰ ਦੇ ਉੱਤੇ ਜੇ ਤੁਸੀਂ ਕਿਸਾਨਾਂ ਨੂੰ ਸਮਝਾਉਂਗੇ ਉਹ ਕਹੋਗੇ ਯਾਰ ਇਹ ਠੀਕ ਹੈ ਅਸੀਂ ਤੁਹਾਡੇ ਕਹਿੰਦੇ ਫਸਲ ਲਾ ਦਨੇ ਆ ਉਹਦਾ ਪੈਸਾ ਕਿੱਥੇ ਐ ਐਮਐਸਪੀ ਸਾਨੂੰ ਕਣਕ ਛੋਣੇ ਤੋਂ ਮਿਲਨੀ ਆ ਅਸੀਂ ਦੂਜੀ ਫਸਲ ਕਿਉਂ ਲਾਈਏ ਕਿਸਾਨਾਂ ਦਾ ਤਰਕ ਵੀ ਸਹੀ ਹੈ ਇਹ ਆਨੰਦਪ੍ਰੀਤ ਜੀ ਫਸਲੀ ਭਵਿੰਤਾ ਤਾਂ ਬਹੁਤ ਜ਼ਰੂਰੀ ਆ ਜੇ ਅਸੀਂ 1960ਵਿਆਂ ਚੱਲ ਜਾਈਏ ਤਾਂ ਪੰਜਾਬ ਦੇ ਵਿੱਚ ਉਹ ਫਸਲੀ ਭਵਿੰਤਾ ਸੀ ਜਿੱਦੋਂ ਨੂੰ ਜਾਂਦੇ ਖੁਸ਼ੀਆਂ ਆਉਂਦੀਆਂ ਸੀ ਸਾਡੇ ਕੋਲ ਸਾਰੀਆਂ ਫਸਲਾਂ ਹੁੰਦੀਆਂ ਸੀ ਜਿਹੜੇ ਸਾਨੂੰ ਕਣਕ ਧਾਨ ਦਾ ਇਹ ਚੱਕਰ ਦਿੱਤਾ ਕਿਹਨੇ ਦਿੱਤਾ ਕਿ 1960ਵਿਆਂ ਦੇ ਵਿੱਚ ਜਦੋਂ ਦੂਜੀ ਪੰਜ ਸਾਲਾ ਯੋਜਨਾ ਖਤਮ ਹੋਣ ਤੋਂ ਬਾਅਦ ਇਹ ਫਿਰ 2 ਸਾਲ ਜਿਹੜੇ ਦੇਸ਼ 'ਚ 60ਵਿਆਂ 'ਚ ਕਾਲ ਪਿਆ ਅਨਾਜ ਦੀ ਭਾਰੀ ਥੋੜਾਈ ਤੇ ਸਾਨੂੰ ਬੰਗਲਾਦੇਸ਼ਾਂ ਤੋਂ ਅਨਾਜ ਮਵਾਉਣ ਲਈ ਕੇਂਦਰ ਸਰਕਾਰ ਨੂੰ ਠੂਠਾ ਫੜਨ ਵਰਗੀ ਨੌ ਉਦਾ ਸਾਹਮਣਾ ਕਰਨਾ ਪਿਆ ਜੀ ਤੇ ਉਸ ਤੋਂ ਬਾਅਦ ਖੇਤੀਬਾੜੀ ਦੀ ਨਵੀਂ ਯੋਗਤ ਅਪਣਾਉਣ ਦੀ ਇਹ ਸਰਕਾਰ ਕੇਂਦਰ ਸਰਕਾਰ ਨੇ ਫੈਸਲਾ ਲਿਆ ਇਹ ਫੈਸਲਾ ਲੈਣ ਤੋਂ ਬਾਅਦ ਸਾਰੇ ਦੇਸ਼ ਨੂੰ ਇਹ ਐਗਜ਼ਾਮਨ ਕਰਕੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਇਹ ਯੋਜਨਾ ਸ਼ੁਰੂ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਕੁਦਰਤੀ ਸਾਧਨ ਪੰਜਾਬ ਦੀ ਭੂਮੀ ਦੀ ਸਿਹਤ ਧਰਤੀ 'ਚਲਾ ਪਾਣੀ ਤੇ ਵਾਤਾਵਰਨ ਸਾਰਿਆਂ ਨਾਲੋਂ ਵਧੀਆ ਹੈਗਾ ਫਿਰ ਇੱਥੋਂ ਦੇ ਜਿਹੜੇ ਕਿਸਾਨ ਖੇਤ ਮਜ਼ਦੂਰ ਤੇ ਪਿੰਡੂ ਕਾਰੀਗਰ ਨੇ ਉਹ ਬਹੁਤ ਮਿਹਨਤੀ ਨੇ ਹੱਡ ਭੰਨਵੀ ਮਿਹਨਤ ਕਰ ਸਕਦੇ ਨੇ ਇਸ ਲਈ ਖੇਤੀਬਾੜੀ ਦੀ ਨਵੇਂ ਯੁੱਗ ਇੱਥੋਂ ਸ਼ੁਰੂ ਕੀਤੀ ਗਈ ਤੇ ਪੰਜਾਬ ਨੇ ਉਹਚ ਬਹੁਤ ਜ਼ਿਆਦਾ ਅਚੀਵਮੈਂਟਸ ਦਿਖਾਈਆਂ ਸਾਨੂੰ ਬਾਹਰਲੇ ਦੇਸ਼ਾਂ ਅੱਗੇ ਠੂਠਾ ਪੜਨ ਦੀ ਲੋੜ ਤੋਂ ਖੜਾ ਛੁੱਟਿਆ 1973 ਚ ਫਿਰ ਕੇਂਦਰ ਸਰਕਾਰ ਨੂੰ ਜਦੋਂ ਇਹ ਸਾਹਸ ਹੋਇਆ ਕਿ ਪੰਜਾਬ ਪੰਜਾਬ ਸੂਬਾ ਇੰਨੀ ਜ਼ਿਆਦਾ ਕੰਟਰੀਬਿਊਸ਼ਨ ਕਰ ਰਿਹਾ ਹੈ ਤਾਂ ਐਮਐਸਪੀ ਦੇ ਥਰੂ ਜਿਹੜੀ ਪੈਡੀ ਦੀ ਫਸਲ ਹੈ ਤਾਂ ਆਂਦੀ ਫਸਲ ਪੰਜਾਬ ਦੇ ਸਿਰ ਮੜੀ ਗਈ ਜਿਹੜੀ ਗੱਲ ਹੁਣ ਤੁਸੀਂ ਕਹਿੰਦੇ ਹੋ ਦੋਨੇ ਫਸਲਾਂ ਨਹੀਂ ਗੱਲ ਹੈ ਕਿ ਕਿਸੇ ਵੀ ਖਿੱਤੇ ਦੇ ਵਿੱਚ ਜਾਂ ਕਿਸੇ ਵੀ ਖੇਤਰ ਚ ਉਹ ਫਸਲਾਂ ਉਗਾਈਆਂ ਤੇ ਲਾਈਆਂ ਜਾਣੀ ਚਾਹੀਦੀਆਂ ਨੇ ਜਿਹੜੀਆਂ ਉੱਥੋਂ ਦੇ ਇਹ ਕੁਦਰਤੀ ਵਾਤਾਵਰਣ ਜਾਂ ਕੁਦਰਤੀ ਆਭਵਾਰ ਨੂੰ ਸੂਟ ਕਰਦੀ ਹੁਣ ਸਾਧਨਾਂ ਨੂੰ ਸੂਟ ਕਰਦੇ ਹਨ ਕੁਦਰਤੀ ਸਾਧਨਾਂ ਨੂੰ ਜੀ ਇਹ ਕਣਕ ਤਾਂ ਸਾਡੀ ਫਸਲ ਫਸਲ ਹੈ ਇਹ ਹਜ਼ਾਰਾਂ ਸਾਲਾਂ ਤੋਂ ਕਣਕ ਦੀ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਜਿਹੜੀ ਫਸਲ ਨੂੰ ਬਦਲਣ ਦੀ ਗੱਲ ਹੋ ਰਹੀ ਆ ਉਹ ਧਾਨ ਦੀ ਹੋ ਰਹੀ ਆ ਧਾਨ ਦੀ ਫਸਲ ਨਾ ਸਾਡੀ ਸੀ ਤੇ ਨਾ ਹੋ ਸਕਦੀ ਹੈ ਧਾਨ ਤਾਂ ਸ਼ਵਲਕ ਫੋਟੇਲ ਦੇ ਵਿੱਚ ਥੋੜੇ ਜਿਹੇ ਏਰੀਆ ਚ ਲਾਇਆ ਜਾਂਦਾ ਸੀ ਤੇ ਉਹ ਵੀ ਟ੍ਰੈਡੀਸ਼ਨਲ ਬਾਸਮਤੀ ਵੈਰਾਈਟੀ ਸੀ ਬਾਕੀ ਸਾਡੇ ਕੋਲ ਜਿਹੜੇ ਕਣਕ ਮੱਕੀ ਨਰਮਕਪਾ ਜੀ ਇਹ ਗੰਨਾ ਇਹ ਫਸਲਾਂ ਨੇ ਸਾਡੀਆਂ ਇਹ ਫਸਲਾਂ ਸਭ ਤੋਂ ਜਾਂਦੇ ਰਹੀਆਂ ਕਿਉਂਕਿ ਕੇਂਦਰ ਸਰਕਾਰ ਨੇ ਕੇਂਦਰੀ ਅਨਾਜ ਭੰਡਾਰ ਦੇ ਲੋਡਾਂ ਨੂੰ ਪੂਰਾ ਕਰਨ ਲਈ ਜਿਹੜਾ ਹੈਗਾ ਧਾਨ ਦੀ ਐਮਐਸਪੀ ਸੋਨੇ ਦੇ ਦੂਜੀਆਂ ਫਸਲਾਂ ਦੇ ਮੁਕਾਬਲੇ ਜ਼ਿਆਦਾ ਰੱਖੀ ਅਤੇ ਨਾਲ ਨਾਲ ਜਿਹੜਾ ਉਹਦੀ ਪ੍ਰੋਕਿਊਰਮੈਂਟ ਵੀ ਕੀਤੀ ਇਸ ਕਰਕੇ ਕਿਸਾਨ ਨੂੰ ਕਮਰਸ਼ੀਅਲ ਬਣਾ ਦਿੱਤਾ ਗਿਆ ਨਫੇ ਨਾ ਬੰਦ ਦਿੱਤਾ ਗਿਆ ਇਸ ਲਈ ਉਹ ਜਿਹੜਾ ਹੈਗਾ ਬੇ ਉਧਰ ਨੂੰ ਧਾਨ ਦੀ ਫਸਲ ਵਾਣਨ ਜਾ ਰਹੇ ਤਿੰਨ ਖੇਤੀ ਕਾਨੂੰਨ ਰੱਦ ਹੋ ਗਏ ਨੇ ਉਦੋਂ ਲੱਗਦਾ ਸੀ ਕਿ ਤਿੰਨ ਖੇਤੀ ਕਾਨੂੰਨਾਂ ਦੇ ਆਉਣ ਦੇ ਨਾਲ ਕਿਸਾਨ ਜਥੇਬੰਦੀਆਂ ਕਹਿ ਰਹੇ ਸੀ ਬੁੱਧੀਜੀਵੀ ਕਹਿ ਰਹੇ ਸੀ ਕਿ ਕਿਸਾਨ ਤਬਾਹ ਹੋ ਜਾਊਗਾ ਵੱਡੇ ਵੱਡੇ ਕਾਰਪੋਰੇਟਾਂ ਨੇ ਆ ਕੇ ਕਬਜ਼ਾ ਕਰ ਲੈਣਾ ਚਲੋ ਤਿੰਨ ਖੇਤੀ ਕਾਨੂੰਨ ਰੱਦ ਹੋ ਗਏ ਤਾਂ ਹੁਣ ਸਵਾਲ ਖੜਾ ਹੀ ਹੋ ਗਿਆ ਕਿ ਖੇਤੀ ਸੰਕਟ ਤਾਂ ਉਸੇ ਤਰ੍ਹਾਂ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ ਤਾਂ ਉਹਦਾ ਹੱਲ ਕੀ ਹੋਏਗਾ ਤੁਹਾਡੇ ਕੋਲ ਉਹਦਾ ਹੱਲ ਕੀ ਹੈ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਅਸੀਂ ਕਿੱਥੇ ਪਹੁੰਚੇ ਹਾਂ 5 ਜੂਨ 2020 ਚ 5 ਜੂਨ 2020 ਨੂੰ ਪੰਜਾਬ ਚ ਕੀ ਸੀ ਇੱਥੋਂ ਦਾ ਕਿਸਾਨ ਖੇਤ ਮਜ਼ਦੂਰ ਪਿੰਡੋ ਕਾਰੀਗਰ ਕਰਜੇ ਥੱਲੇ ਸੀ ਗਰੀਬੀ ਸੀ ਉਹਨਾਂ ਦੋਨਾਂ ਗੱਲਾਂ ਕਰਕੇ ਉਹ ਖੁਦਕਸ਼ੀਆਂ ਕਰ ਰਿਹਾ ਸੀ ਜੀ ਮੁੜ ਕੇ ਉੱਥੇ ਪਹੁੰਚ ਗਏ ਜੇ ਗੱਲ ਹੈਗੀ ਕਿ ਖੇਤੀਗੁਰੂ ਨੂੰ ਰੱਦ ਹੋਣ ਤੋਂ ਬਾਅਦ ਹੁਣ ਅਸੀਂ ਉਸੇ ਹਾਲਤ ਜਾ ਗਏ ਤੇ ਹੁਣ ਸਾਡਾ ਖੇਤੀਬਾੜੀ ਦਾ ਮਾਡਲ ਕੀ ਹੋਣਾ ਚਾਹੀਦਾ ਜਿਹਦੇ ਨਾਲ ਖੇਤੀਬਾੜੀ ਕਰਨ ਵਾਲੇ ਵੀ ਸੁਖੀ ਰਹਿਣ ਇੱਥੋਂ ਦੀ ਸਾਡਾ ਵਾਤਾਵਰਣ ਵੀ ਠੀਕ ਰਹੇ ਧਰਤੀ ਜਿਹੜਾ ਪਾਣੀ ਵੀ ਠੀਕ ਰਹੇ ਤੇ ਹੋਰ ਸਾਰੇ ਵੱਖ-ਵੱਖ ਠੀਕ ਰਹਿਣ ਉਹ ਜੇ ਬਣਦਾ ਕਿ ਕੇਂਦਰ ਸਰਕਾਰ ਜਿਹੜੀਆਂ ਇੱਥੇ ਉਹ ਫਸਲਾਂ ਲਗਾਵੇ ਜਾਂ ਬਿਜਵਾਵੇ ਜਿਹੜੀਆਂ ਇੱਥੇ ਦੇ ਵਾਤਾਵਰਣ ਦੇ ਅਕੋਰਡਿੰਗ ਲੈ ਜੀ ਤੇ ਉਹਦੇ ਲਈ ਕੇਂਦਰ ਸਰਕਾਰ ਨੂੰ ਆਪਦੀ ਐਮਐਸਪੀ ਦੀ ਨੀਤੀ ਹੈ ਜਿਹੜੀ ਪਹਿਲੀ ਗੱਲ ਤਾਂ ਉਹਨੂੰ ਪੋਜੀਟਿਵ ਬਣਾਉਣਾ ਪਊਗਾ ਰੀਅਲ টারਮ ਦੇ ਵਿੱਚ ਉਹਨੂੰ ਨਫੇ ਵਾਲਾ ਬਣਾਉਣਾ ਪਊਗਾ ਦੂਜੀ ਗੱਲ ਹੈ ਸਾਰੀਆਂ ਫਸਲਾਂ ਜਿਹੜੀਆਂ ਉੱਥੋਂ ਪੰਜਾਬ ਦੇ ਅਬਹਵਾ ਦੇ ਮੁਤਾਬਕ ਧਰਤੀ ਦੇ ਮੁਤਾਬਕ ਸੂਟੇਬਲ ਨੇ ਸਾਡੇ ਕੋਲ ਕਪਾਹ ਨਰਮਾ ਹੈਗਾ ਸਾਡੇ ਕੋਲ ਮੱਕੀ ਹੈਗੀ ਇਹਦੇ ਸੋਨੇ ਦੀਆਂ ਫਸਲਾਂ ਨੇ ਧਾਨ ਨਾਲੋਂ ਕਿਉਂਕਿ ਧਾਨ ਦੀ ਫਸਲ ਲਾਉਣ ਨਾਲ ਅਸੀਂ ਕੇਂਦਰੀ ਅਨਾਜ ਭੰਡਾਰ ਦੀਆਂ ਲੋੜਾਂ ਪੂਰੀਆਂ ਕਰਤੀਆਂ ਪਰ ਵੱਡੀ ਸਮੱਸਿਆ ਧਰਤੀ ਹੇਲਾ ਪਾਣੀ ਸਾਡੇ 75% ਤੋਂ ਵੱਧ ਕਮਿਊਨਿਟੀ ਡਿਵੈਲਪਮੈਂਟ ਬਲੌਕ ਚ ਉਸ ਲੈਵਲ ਤੇ ਚੱਲੇਗਾ ਜਿਹੜਾ ਖਤਰੇ ਵਾਲਾ ਹੈਗਾ ਅਤੇ ਸਾਡੇ ਕੋਲ 1960 ਕਾਰਡ ਚ 7445 ਟਿਊਬਵੈਲ ਸੀ ਅੱਜ 15000 ਟਿਊਬਵੈਲ ਹੈ ਅਸੀਂ ਧਰਤੀ ਸ਼ਾਂਤੀ ਅਸੀਂ ਕਿੰਨਾ ਕੁ ਪਾਣੀ ਹੋਰ ਕੱਢਾਂਗੇ ਮੁੜ ਕੇ ਤਾਂ ਅਸੀਂ ਰੇਗਿਸਤਾਨ ਵੱਲ ਜਾ ਰਹਾਂਗੇ ਇਸ ਲਈ ਧਾਨ ਦੀ ਫਸਲ ਤੋਂ ਖੜਾ ਜਿਆ ਅੱਜ ਛੜਾ ਸਕਦਾ ਉਹ ਸਿਰ ਤੇ ਸਿਰਫ ਕੇਂਦਰ ਸਰਕਾਰ ਛੜਾ ਸਕਦੀ ਹੈ ਜਿਹੜੀ ਆਪਦੀ ਐਗਰੀਕਲਚਰ ਪਾਲਿਸੀ ਨੂੰ ਬਦਲ ਕੇ ਪੰਜਾਬ ਦੇ ਜਾਂ ਦੇਸ਼ ਦੇ ਵੱਖ-ਵੱਖ ਭਾਗਾਂ ਦੇ ਜਿਸ ਤਰ੍ਹਾਂ ਦੀ ਲੋੜਾਂ ਨੇ ਉਹਦੇ ਮੁਤਾਬਕ ਐਮਐਸਪੀ ਸਰਕਾਰ ਤੈਅ ਕਰਦੀ ਹੈ ਮਤਲਬ 23 24 ਫਸਲਾਂ ਦੇ ਉੱਤੇ ਲਗਭਗ ਤੈਅ ਹੁੰਦੀ ਹੈ ਐਮਐਸਪੀ ਪਰ ਪੰਜਾਬ ਹਰਿਆਣਾ ਨੂੰ ਛੱਡ ਕੇ ਐਮਐਸਪੀ ਕਣਕ ਝੋਨੇ ਛੱਡ ਕੇ ਹੋਰ ਕਿਤੇ ਮਿਲਦੀ ਵੀ ਨਹੀਂ ਹੈਗੀ ਤੁਹਾਨੂੰ ਕਿਉਂ ਲੱਗਦਾ ਐ ਐਮਐਸਪੀ ਕਿਉਂ ਮਿਲਣੀ ਚਾਹੀਦੀ ਐ ਜੇ ਨਹੀਂ ਐ ਐਮਐਸਪੀ ਵੀ ਮਿਲਦੀ ਸਬਸਿਡੀ ਦੇ ਤੌਰ ਦੇ ਉੱਤੇ ਜੇ ਕਿਸਾਨਾਂ ਨੂੰ ਮਿਲਦਾ ਉਹੀ ਪੈਸਾ ਸਬਸਿਡੀ ਦੇ ਤੌਰ ਦੇ ਉੱਤੇ ਮਿਲਦਾ ਤਾਂ ਜ਼ਿਆਦਾ ਵਧੀਆ ਨਹੀਂ ਤੁਸੀਂ ਇਸ ਗੱਲ ਨੂੰ ਕਿੱਦਾਂ ਦੇਖਦੇ ਪਹਿਲੀ ਗੱਲ ਤਾਂ ਜਿਹੜੀ ਐਮਐਸਪੀ ਐ ਇਹ 23 ਫਸਲਾਂ ਦੀ ਅਨਾਉਂਸ ਕੀਤੀ ਜਾਂਦੀ ਐ ਤੇ ਉਹ ਜੋ ਇੱਕ ਐਨੋਲ ਫਸਲ ਹੈਗੀ ਗੰਨਾ ਬਾਕੀ 22 ਫਸਲਾਂ ਦੂਜੇ ਨੇ ਉਹ ਜੋ ਇਫੈਕਟਿਵ ਦੋ ਫਸਲਾਂ ਦੀ ਹੈਗੀ ਕਣਕ ਦੇ ਧਾਨ ਦੀ ਉਹ ਪੰਜਾਬ ਤੇ ਹਰਿਆਣਾ ਪੰਜਾਬ ਹਰਿਆਣਾ ਬੈਸਟਨ ਉੱਤਰ ਪ੍ਰਦੇਸ਼ ਤੇ ਦੇਸ਼ ਦੇ ਥੋੜੇ ਜਿਹਾ ਹੋਰ ਭਾਗਾਂ 'ਚ ਵੀ ਹੈਗੀ ਬਾਕੀ ਭਾਗਾਂ 'ਚ ਵੀ ਕਿਸਾਨ ਮੰਗ ਕਰ ਰਹੇ ਨੇ ਤੁਸੀਂ ਪੁੱਛਿਆ ਵੀ ਇਹਦੀ ਲੋੜ ਕੀ ਹੈ ਹਾਲਾਂਕਿ ਜਿਹੜੀ ਹੁਣ ਤੱਕ ਐਮਐਸਪੀ ਹੈ ਉਹਦੇ ਨਾਲ ਵੀ ਕਿਸਾਨ ਕਰਜ਼ੇ ਥੱਲੇ ਆ ਰਹੇ ਨੇ ਗਰੀਬੀ ਉਹਨਾਂ ਦੀ ਵੱਧ ਰਹੀ ਹੈ ਤੇ ਕੇਂਦਰ ਸਰਕਾਰ ਦੇ ਅਬਦੇ ਅੰਕੜਿਆਂ ਮੁਤਾਬਕ ਇਹ ਨੈਸ਼ਨਲ ਲੈਵਲ ਤੇ ਕਿਸਾਨ ਦੀ ਪ੍ਰਤੀਜੀ ਪ੍ਰਤੀ ਦਿਨ ਆਮਦਨ 27 ਰੁਪਏ ਬਣਦੀ ਹੈਗੀ ਜੀ ਇਹ ਪਰ ਜੇ ਐਮਐਸਪੀ ਨਾ ਹੋਵੇ ਇਹ ਹੋਰ ਥੱਲੇ ਆ ਜਾਊਗੀ ਏ ਐਮਐਸਪੀ ਇੱਕ ਸਿਗਨਲ ਪ੍ਰਾਈਸ ਹੈ ਜੇ ਪੰਜਾਬ ਹਰਿਆਣਾ ਬੈਸਟਨ ਉੱਤਰ ਪ੍ਰਦੇਸ਼ ਚ ਮਿਲਦੀ ਹੈ ਬਾਕੀ ਸੂਬਿਆਂ 'ਚ ਸਿਗਨਲ ਜਾਂਦਾ ਕਿ ਆਹ ਕੀਮਤ ਫਿਕਸ ਹੋ ਗਈ ਇਸ ਲਈ ਉਥੋਂ ਜੇ ਬਿਹਾਰ ਤੋਂ ਟਰੱਕ ਭਰ ਕੇ ਪੈੜੀ ਦੇ ਪੰਜਾਬ ਚ ਵੇਕਣਾਉਂਦੇ ਨੇ ਹਰਿਆਣਾ ਚਾਉਂਦੇ ਨੇ ਤਾਂ ਉਹਦਾ मीनिंग ਹੈ ਜਾਂ ਜੇ ਇਹ ਨਾ ਹੋਵੇ ਫਿਰ ਸਾਰੇ ਦੇਸ਼ 'ਚ ਬਿਹਾਰ ਵਾਲੀ ਹਾਲਤ ਹੋ ਜੂ ਐਮਐਸਪੀ ਨਾ ਹੋਣ ਕਰਕੇ ਮੰਡੀ ਦੀ ਲੁੱਟ ਕਿਸਾਨਾਂ ਨੂੰ ਬਿਲਕੁਲ ਖਤਮ ਕਰ ਦੋ ਤੇ ਜਿਹੜੇ ਆਪਾਂ ਖੇਤਾਂ 'ਚ ਬੈਠੇ ਆਂ ਦੂਰ ਦੂਰ ਤੱਕ ਆ ਦੇਖ ਰਹੇ ਆਂ ਇਹ ਖੇਤਾਂ ਫਿਰ ਕਾਰਪੋਰੇਸ਼ਨਾਂ ਦੇ ਹੋ ਜਾਣਗੇ ਕਾਰਪੋਰੇਸ਼ਨਾਂ ਸਾਡੇ ਦੇਸ਼ ਲਈ ਖੇਤੀ ਕਿਉਂ ਕਰਨੀਆਂ ਕਾਰਪੋਰੇਸ਼ਨਾਂ ਆਪਦੇ ਨਫੇ ਲਈ ਖੇਤੀ ਕਰਨਗੀਆਂ ਉਹਨਾਂ ਦਾ ਤਾਂ ਕੋਈ ਦੇਸ਼ ਨਹੀਂ ਹੈਗਾ ਉਹਨਾਂ ਦਾ ਕੋਈ ਇਲਾਕਾ ਨਹੀਂ ਹੈਗਾ ਉਹਨਾਂ ਦਾ ਤਾਂ ਸਿਰਫ ਸਿਰਫ ਇੱਕੋ ਚੀਜ਼ ਹੈ ਉਹਨਾਂ ਦਾ ਨਫਾ ਆਏਗਾ ਕਿਸਾਨ ਟਰਾਲੀਆਂ ਲੈ ਕੇ ਸਾਈਲੋ ਵੱਲ ਗਏ ਤਾਂ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਗਦਾਰ ਨੇ ਕੁਰਬਾਨੀ ਭੁੱਲ ਗਏ ਨੇ ਤੁਸੀਂ ਕੀ ਮੰਨਦੇ ਹੋ ਹਾਲਾਂਕਿ ਉਹਦੇ ਪਿੱਛੇ ਇੱਕ ਕਾਰਨ ਇਹ ਵੀ ਹੈ ਕਿ ਸਰ ਪਿਛਲੀ ਸਰਕਾਰਾਂ ਸਮਝੌਤਾ ਇਹੋ ਜਿਹਾ ਕਰ ਗਈਆਂ ਗਡਾਉਨ ਦੇ ਰੂਪ ਦੇ ਵਿੱਚ ਉਹਨਾਂ ਗਦਾਮਾਂ ਦੇ ਰੂਪ ਦੇ ਵਿੱਚ ਵਰਤਣ ਵਾਸਤੇ ਕਿੰਨੇ ਇੰਨਾ ਪੈਸਾ ਵੀ ਦਵਾਂਗੇ ਤੇ ਇੰਨੇ ਸਾਲ ਵਾਸਤੇ ਰੱਖੀਏ ਰਾਜ ਨਾ ਰੱਖੀਏ ਪਰ ਪੈਸਾ ਦਵਾਂਗੇ ਪਿੱਛੇ ਜੀਆਂ ਕੁੰਡੀਆਂ ਕੀ ਨੇ ਉਹ ਥੋੜਾ ਸਮਝਾਓ ਤੁਸੀਂ ਇਹ ਦੇਖੋ ਜਿਹੜਾ ਕਿਸਾਨ ਹੈ ਇਹ ਜੇ 60ਵਿਆਂ ਚ ਖੇਤੀਬਾੜੀ ਨਵੇਂ ਯੁੱਗ ਤੋਂ ਬਣਾਉਣ ਤੋਂ ਪਹਿਲਾਂ ਲਈ ਹੈ ਸਾਡਾ ਕਿਸਾਨ ਸੀ ਭਾਈਚਾਰੇ ਵਾਲਾ ਸਾਡਾ ਕਿਸਾਨ ਸੀ ਅਬਦੇ ਗੁਜਾਰੇ ਵਾਲਾ ਹੁਣ ਅਸੀਂ ਨਵੀਂ ਖੇਤੀਬਾੜੀ ਜੁਗਤ ਬਣਾ ਕੇ ਦੇਸ਼ ਦੀਆਂ ਅਨਾਜ ਦੀਆਂ ਲੋੜਾਂ ਤੋਂ ਪੂਰਾ ਕਰ ਲਿਆ ਪਰ ਕਿਸਾਨ ਨੂੰ ਇਹ ਨਫੇ ਦੇ ਪਿੱਛੇ ਲਾਤਾ ਨਫਾ ਅੱਗੇ ਜਾ ਰਿਹਾ ਕਿਸਾਨ ਪਿੱਛੇ ਜਾ ਰਿਹਾ ਕਿਉਂਕਿ ਉਹਨ ਦਿਖਦਾ ਵੀ ਜੇ ਨਫਾ ਹੋਊਗਾ ਤਾਂ ਉਹ ਸਰਵਾਈਵ ਕਰੂਗਾ ਉਹਨੂੰ ਮਾਰਕੀਟ ਤੇ ਡਿਪੈਂਡੈਂਟ ਕਰਤਾ ਕਮਰਸ਼ੀਅਲ ਬਣਾ ਦਿੱਤਾ ਗਿਆ ਇਸ ਲਈ ਭਾਵੇਂ ਕਿਸਾਨ ਸੰਘਾਸ਼ ਦੇ ਵਿੱਚ ਕਾਰਪੋਰੇਸ਼ਨ ਦਾ ਬਹੁਤ ਤਿੱਖਾ ਵਿਰੋਧ ਹੋਇਆ ਪਰ ਅੱਜ ਜੇ ਅਡਾਨੀ ਵਾਲੇ ਸੈਲੋ ਦੇ ਵਿੱਚ ਅਨਾਜ ਜਾ ਰਿਹਾ ਹੈ ਉਹਦੇ ਵਿੱਚ ਇੱਕ ਗੁਰਗੁਮਣਤਾ ਕਿ ਉਹ ਐਫਸੀਆ ਦਾ ਸਟਾਕ ਹੋ ਰਿਹਾ ਉੱਥੇ ਇੱਕ ਹੈ ਆਰਗੂਮੈਂਟ ਦੂਜੀ ਗੱਲ ਉੱਥੇ ਵੱਧ ਪੈਸਾ ਮਿਲਦਾ ਹੈ ਜਾਂ ਕਿਸਾਨ ਦਾ ਲੱਕ ਤੋੜਿਆ ਗਿਆ ਹੈ ਲੱਕ ਤੋੜ ਕੇ ਉਹ ਡਿਪੈਂਡੈਂਟ ਬਣਾ ਦਿੱਤਾ ਗਿਆ ਕਰਜ਼ੇ ਤੇ ਗਰੀਬੀ ਥੱਲੇ ਦੱਬ ਰਿਹਾ ਹੈ ਤੇ ਅੱਜ ਜਿਹੜਾ ਝਾੜ ਹੈ ਪਿਛਲੇ ਸਾਲ ਨਾਲੋਂ 810 ਕੁਇੰਟਲ ਪਰ ਏਕੜ ਘਟ ਗਿਆ ਹੈ ਤੇ ਕਿਸਾਨ ਨੂੰ ਦਾ ਜਿੱਥੇ 2 ਪੈਸੇ ਵੱਧ ਮਿਲਣਗੇ ਉਧਰ ਨੂੰ ਭੱਜੂਗਾ ਉਹ ਸੰਘਰਸ਼ ਦਾ ਟਾਈਮ ਸੀ ਜਦੋਂ ਉਹਨਾਂ ਨੇ ਬਾਈਕਾਟ ਕੀਤਾ ਇੱਕ ਸਨੇਹਾ ਦਿੱਤਾ ਕਿ ਸਾਡੇ ਸਿਸਟਮ ਨੂੰ ਤੁਸੀਂ ਰਹਿਣ ਦਿਓ ਇਹਨੂੰ ਬਣਿਆ ਰਹਿਣ ਦਿਓ ਜਾਂ ਇਹਨੂੰ ਮਜ਼ਬੂਤ ਬਣਾਓ ਨਹੀਂ ਤਾਂ ਅਸੀਂ ਜਿਹੜਾ ਹੈਗਾ ਦਾ ਵਿਰੋਧ ਕਰਾਂਗੇ ਹਾਂ ਅੱਛਾ ਨਵੀਂ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਕਈ ਵਾਦੇ ਇਹਨਾਂ ਨੇ ਕੀਤੇ ਨੇ ਹਾਲਾਂਕਿ ਵਾਦੇ ਕਰਨ ਵਿੱਚ ਕਿਸੇ ਪਾਰਟੀ ਨੇ ਕੋਈ ਕਸਰ ਨਹੀਂ ਛੱਡੀ ਛੇ ਸ਼੍ਰੋਮਣੀ ਅਕਾਲੀ ਦਲ ਭਾਜਪੀ ਕਾਂਗਰਸ ਹਰ ਕੋਈ ਕਹਿੰਦਾ ਸੀ ਉਹ ਕਹਿੰਦਾ ਸੀ ਇਹ ਨਾ ਉਹ ਕਹਿੰਦਾ ਲਾ ਚੁੱਕੋ ਵਾਧ ਚੱਕੋ ਹਾਂ ਜਿਹੜੀ ਨਵੀਂ ਸਰਕਾਰ ਆਈ ਹੈ ਕਿੰਨਾ ਕੁ ਪੰਜਾਬ ਦੀ ਆਰਥਿਕਤਾ ਦੇ ਵਿੱਚੋਂ ਇਹਨਾਂ ਨੂੰ ਦੇਖਣਾ ਪਊਗਾ ਵੀ ਇੰਨੇ ਪੈਸੇ ਤਾਂ ਇਹਦੇ ਵਾਸਤੇ ਰੱਖਣੇ ਪੈਣਗੇ ਤਾਂ ਉਸ ਤੋਂ ਬਾਅਦ ਪੰਜਾਬ ਕਿੱਥੇ ਜਾ ਕੇ ਖੜੂਗਾ ਤੁਹਾਨੂੰ ਕੀ ਲੱਗਦਾ ਪਹਿਲੀ ਗੱਲ ਤਾਂ ਆਪ ਦੇ ਆਉਣ ਤੋਂ ਪਹਿਲਾਂ ਜਿਹੜੀਆਂ ਸਾਡੀਆਂ ਪਾਰਟੀਆਂ ਨੇ 1947 ਤੋਂ ਲੈ ਕੇ ਲਗਾਤਾਰ ਰਾਜ ਕੀਤਾ ਉਹਨਾਂ ਨੇ ਵਾਦੇ ਦਾਅਵੇ ਤੇ ਨਵੇਂ ਵਾਦੇ ਦਿੱਤੇ ਨੇ ਜੀ ਹੈਨਾ ਉਹ ਚ ਮੁਰਮੁਰ ਕੇ ਜਿਹੜਾ ਹੈਗਾ ਰਿਓੜੀਆਂ ਜਾਂ ਪਲਾਸਟਿਕ ਰਿਓੜੀਆਂ ਵੀ ਖਾਉਂਦੇ ਰਹੇ ਨੇ ਹੈਨਾ ਹੁਣ ਆਪ ਵਾਲਿਆਂ ਨੇ ਜਿਹੜੇ ਵਾਅਦੇ ਕੀਤੇ ਨੇ ਇਹਨਾਂ ਨੇ ਕਹੇ ਤੁਹਾਨੂੰ ਅਸੀਂ ਪਲਾਸਟਿਕ ਵਾਲੀਆਂ ਨਹੀਂ ਤੁਹਾਨੂੰ ਅਸੀਂ ਚੰਗੀ ਖਰਾਕ ਦਵਾਂਗੇ ਹੁਣ ਇਹ ਆਉਣ ਵਾਲਾ ਸਮਾਂ ਦੱਸੂਗਾ ਕਿੰਨੀ ਕੀ ਚੰਗੀ ਖਰਾਕ ਇਹ ਦਿੰਦੇ ਨੇ ਕਿਉਂਕਿ ਜਦ ਤੱਕ ਇਹ ਉਹਦੇ ਡਾਇਲੋਜ ਕਲੀਅਰ ਨਹੀਂ ਕਰਦੇ ਵੀ ਕਿਹੜੇ ਪਾਸੇ ਜਾਣਗੇ ਇਹ ਸਰਮਾਇਦਾਰ ਪੱਖੇ ਹੋਣਗੇ ਇਹ ਜਨਤਕ ਆਧਾਰਨ ਦੇ ਪੱਖੇ ਚ ਹੋਣਗੇ ਜਾਂ ਇਹ ਲੋਕਾਂ ਦੇ ਪੱਖੇ ਹੋਣਗੇ ਜਦ ਤੱਕ ਇਹ ਕਹਿਣਾ ਬਹੁਤ ਔਖਾ ਹੋਊਗਾ ਕਿ ਇਹ ਕਿੱਡੇ ਵੱਡੇ ਸੁਧਾਰ ਕਰਨਗੇ ਤੇ ਸਾਡੀ ਸਟੇਟ ਆਉਣ ਵਾਲੇ 5 ਸਾਲਾਂ 'ਚ ਕਿੱਥੇ ਜਾਊਗੀ ਪਿਛਲੀ ਸਰਕਾਰ ਬਜਟ ਰੱਖ ਦਿੰਦੀ ਸੀ ਖਰਚਾ ਇੰਨਾ ਮੰਨ ਲਓ ਜੇ ਖਰਚਾ 10 ਰੁਪਏ ਸੀਗਾ ਤਾਂ ਜਿਹੜਾ ਬਜਟ ਸੀਗਾ ਜਿਹੜਾ ਸਾਡੀ ਆਮਦਨ ਹੁੰਦੀ ਸੀ ਉਹ 8 ਰੁਪਏ ਹੁੰਦੀ ਸੀਗੀ ਉਹ ਮੈਚ ਕਿੱਦਾਂ ਕਰੂਗਾ 8 ਤੋਂ 10 ਰੁਪਏ ਜਿਹੜਾ 2 ਰੁਪਏ ਦਾ ਫਰਕ ਹੈ ਉਹ ਕੋਈ ਵੀ ਸਰਕਾਰ ਆਵੇ ਊੜਾ ਆੜਾ ਈੜੀ ਉਹ ਕਿੱਦਾਂ ਮੈਚ ਕਰੂਗੀ ਕਿੱਦਾਂ ਮੁਲਾਂਕਣ ਕਰੇਗੀ ਵੀ ਆਮਦਨ ਵੀ ਉਨੀ ਹੋ ਜੇ ਤੇ ਖਰਚਾ ਵੀ ਸਾਡਾ ਉਨਾਂਕ ਹੋ ਜੇ ਨੰਦਪ੍ਰੀਤ ਜੀ ਇਹਦਾ ਡਿਪੈਂਡ ਕਰੂਗਾ ਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਨੇ ਕਿ ਮਾਫੀਆ ਨੂੰ ਖਤਮ ਕਰਕੇ ਹੱਲ ਨਿਕਲ ਸਕਦਾ ਨਹੀਂ ਨਹੀਂ ਕਿ ਪਹਿਲੀ ਗੱਲ ਤਾਂ ਇਹ ਹੈਗੇ ਉੱਥੇ ਹੀ ਆਉਣਾ ਮੈਂ ਪਹਿਲੀ ਗੱਲ ਤਾਂ ਇਹ ਕਿ ਇਹਨਾਂ ਜਿਹੜੇ ਵਾਅਦੇ ਕੀਤੇ ਨੇ ਉਹ ਸਾਰੇ ਵਾਅਦੇ ਕਦੋਂ ਇਹ ਪੂਰੇ ਕਰਦੇ ਨੇ ਉਹਨਾਂ ਤੇ ਕਿੰਨਾ ਖਰਚਾ ਆਉਣਾ ਹੈ ਜਿਵੇਂ ਹੁਣੇ-ਹੁਣੇ ਇੱਕ ਅਨਾਉਂਸਮੈਂਟ ਹੋਈ ਹੈ ਕਿ 300 ਯੂਨਟ ਤੱਕ ਜਿਨ੍ਹਾਂ ਦੀ ਬਿਜਲੀ ਦੀ ਕੰਜ਼ਮਪਸ਼ਨ ਹੈ ਉਹਨਾਂ ਨੂੰ ਬਿਜਲੀ ਫ੍ਰੀ ਕਰ ਦਿੱਤੀ ਜਾਊਗੀ 1 ਜੁਲਾਈ ਤੋਂ ਪਰ ਪਹਿਲਾ ਵਾਅਦਾ ਤਾਂ ਇਹ ਸੀ ਕਿ ਸਾਰਿਆਂ ਲਈ 300 ਯੂਨਟ ਬਿਜਲੀ ਫ੍ਰੀ ਕੀਤੀ ਜਾਊਗੀ ਹੈਨਾ ਚਲੋ ਉਹ ਵੀ ਗੱਲ ਹੋਈ ਤੇ ਇਹਦੇ 2000 ਕਰੋੜ ਰੁਪਏ ਦਾ ਖਰਚਾ ਆਊਗਾ ਜੀ ਤੇ ਫਿਰ 1000 ਰੁਪਏ ਮਹੀਨੇ ਵਾਲਾ ਵੀ ਵਾਅਦਾ ਹੈਗਾ ਇੱਕ ਔਰਤ ਨੂੰ 18 ਸਾਲ ਤੋਂ ਉੱਪਰ ਦੀ ਨੂੰ 1000 ਰੁਪਏ ਮਹੀਨਾ ਦੇਣਾ ਉਹ ਵੀ ਵੱਡਾ ਵਾਅਦਾ ਹੈਗਾ 12000 ਕਰੋੜ ਰੁਪਏ ਦਾ ਹੈਗਾ ਇਸ ਤੋਂ ਬਿਨਾ ਹੋਰ ਬਹੁਤ ਵਾਦੇ ਤੇ ਇੱਕ ਨਵਾਂ ਵਾਅਦਾ ਹੈ ਕਿ ਬਾਹਰਲੇ ਲੋਕਾਂ ਦੇ ਬਾਹਰਲੇ ਮੁਲਕਾਂ ਦੇ ਬੰਦੇ ਇੱਥੇ ਆ ਕੇ ਨੌਕਰੀ ਕਰਿਆ ਕਰਨਗੇ ਅਸੀਂ ਇਸ ਤਰ੍ਹਾਂ ਦਾ ਇਕਨੋਮੀ ਸਰਜਲਾਂਗੇ ਤਾਂ ਮਾਣ ਨਾਲ ਸਾਡੇ ਪੰਜਾਬੀਆਂ ਦਾ ਸਾਰਿਆਂ ਦਾ ਉੱਚਾ ਹੋਊਗਾ ਪਰ ਉਹ ਕਿੱਥੋਂ ਕਰਾਂਗੇ ਗੱਲ ਇਹ ਹੈਗੀ ਕਿ ਕੱਲਾ ਏ ਜਿਹੜਾ ਹੈਗਾ ਮਾਫੀਆ ਖਤਮ ਕਰਨਾ ਜਾਂ ਉਹ ਸਿਸਟਮ ਖਤਮ ਕਰਨਾ ਕੀ ਅਸੀਂ ਉੱਥੇ ਪਹੁੰਚ ਜਾਾਂਗੇ ਜੇ ਉਧਰ ਨੂੰ ਚੱਲਾਂਗੇ ਤਾਂ ਕੁਝ ਨਾ ਕੁਝ ਤਾਂ ਰਿਲੀਫ ਮਿਲੂਗੀ ਜਿਵੇਂ ਮਾਈਨਿੰਗ ਦਾ ਏਰੀਆ ਹੈਗਾ ਐਕਸਾਈਡ ਦਾ ਏਰੀਆ ਹੈਗਾ ਉਥੇ ਰਿਲੀਫ ਮਿਲੂਗੀ ਜੇ ਸਟੇਟ ਕਾਰਪੋਰੇਸ਼ਨਾਂ ਬਣਦੀਆਂ ਨੇ ਇੱਕ ਤੀਜਾ ਏਰੀਆ ਹੈਗਾ ਜੇ ਜੇ ਟਰਾਂਸਪੋਰਟ ਉਹ ਸਟੇਟ ਦੀ ਟਰਾਂਸਪੋਰਟ ਕਰ ਦਿੱਤੀ ਜਾਵੇ ਕਿਦਾਂ ਜੇ ਬੱਸਾਂ ਨੇ ਸਾਡੀਆਂ ਉਹ ਮਤਲਬ ਪ੍ਰਾਈਵੇਟ ਬੱਸ ਸਿਸਟਮ ਖਤਮ ਕਰ ਦਿੱਤਾ ਜਾਵੇ ਉਹਦੇ ਨਾਲ ਵੀ ਰੀਲੀਫ ਮਿਲੂਗੀ ਪਰ ਇਹਨਾਂ ਸਾਰੀਆਂ ਗੱਲਾਂ 'ਚ ਉਹ ਏਡੀ ਵੱਡੀ ਰੀਲੀਫ ਨਹੀਂ ਮਿਲਦੀ ਦਿਖਦੀ ਜਿਹੜੇ ਵੱਡੇ ਵਾਅਦੇ ਆਪ ਨੇ ਲੋਕਾਂ ਨਾਲ ਮੈਨੂੰ ਕੀਤੇ ਹੋਏ ਦਿਖਾਈ ਦਿੰਦੇ ਨੇ ਉਹਦੇ ਲਈ ਸਭ ਤੋਂ ਵੱਡੀ ਟੇਕ ਹੈ ਜਿਹੜੀ ਉਹ ਹੋਊਗੀ ਕਿ ਸੰਘੀ ਢਾਂਚੇ ਨੂੰ ਮਜ਼ਬੂਤ ਕਰਨਾ ਸੰਘੀ ਢਾਂਚੇ ਨੂੰ ਮਜ਼ਬੂਤ ਕਰਨਾ ਕੱਲੀ ਸਟੇਟ ਦੇ ਵਾਸਤੇ ਗੱਲ ਨਹੀਂ ਸਾਡੇ ਸਟੇਟ 'ਚ ਰੂਲ ਕਰ ਰਹੀ ਆਪ ਅਤੇ ਬਾਕੀ ਸੇਟਾਂ 'ਚ ਜਿੱਥੇ ਆਪੋਜੀਸ਼ਨ ਦਾ ਰਾਜ ਹੈਗਾ ਸਰਕਾਰ ਹੈਗੀ ਉਹਨਾਂ ਨੂੰ ਸੰਗੀਟਾਂ ਚ ਲਈ ਆਵਾਜ਼ ਉਠਾਉਣੀ ਪਊ ਸਗੋ ਲੋਕਾਂ ਨੂੰ ਵੀ ਨਾਲ ਲੱਗਣਾ ਪਊਗਾ ਤਾਂ ਕਿ ਕੇਂਦਰ ਸਰਕਾਰ ਜਿਹੜੇ ਟੈਕਸ ਲਾਉਣ ਦੇ ਅਧਿਕਾਰ ਹੈ ਉਹਨਾਂ ਨੂੰ ਸਟੇਟਾਂ ਨੂੰ ਵਧਾਵੇ ਤੇ ਬਣਦਾ ਹੈ ਵਧਾਵੇ ਉਹ ਜੋ ਕੁਝ ਰਿਲੀਫ ਮਿਲਦੀ ਦਿਖਾਈ ਦਿੰਦੀ ਹੈ ਖੇਤੀ ਲਗਾਤਾਰ ਘਟੇ ਚ ਜਾ ਰਹੀ ਹੈ ਸਿੱਖਿਆ ਦਾ ਜਿਹੜਾ ਬਜਟ ਹੈ ਉਹ ਵੀ ਹੀਠਾ ਜਾ ਰਿਹਾ ਸਿਹਤ ਦਾ ਬਜਟ ਹੈ ਉਹ ਵੀ ਹੀਠਾ ਜਾ ਰਿਹਾ ਹੈਗਾ ਆ ਕਿੱਦਾਂ ਇਹਨੂੰ ਬਰਾਬਰ ਕੀਤਾ ਜਾ ਸਕਦਾ ਹੈ ਕਿਦਾਂ ਉੱਪਰ ਲੈ ਕੇ ਜਾਇਆ ਜਾ ਸਕਦਾ ਹੈ ਜਾਂ ਫਿਰ ਇਹ ਏ ਇਠਾ ਆਇਆ ਜਦੋਂ ਉਦੋਂ ਜਿਹੜੇ ਸਾਡੀ ਉਸ ਵੇਲੇ ਦੀ ਹਾਕਮਤੀ ਤਰ੍ਹਾਂ ਸੀ ਜਾਂ ਵਿਰੋਧੀ ਤਰ੍ਹਾਂ ਸੀ ਕਿ ਉਹ ਮੂਕ ਦਰਸ਼ਕ ਬਣ ਕੇ ਬੈਠੀ ਰਹੀਆਂ ਨਹੀਂ ਉਸ ਮੌਕੇ ਤਾਂ ਜਿਹੜੀ ਗੱਲ ਹੈਗੀ ਜਿਹੜੇ ਰਾਜਕਰਤਾ ਲੋਕ ਸੀ ਉਹਨਾਂ ਨੇ ਬਾਦੇ ਦਾਅਵੇ ਤੇ ਨਵੇਂ ਵਾਦੇ ਮੈਂ ਪਹਿਲਾਂ ਕਰ ਚੁੱਕੇ ਹਾਂ ਇਹ ਹੀ ਕੀਤੇ ਨੇ ਹੈਨਾ ਤੇ ਜਿਹੜੇ ਆਪੋਜੀਸ਼ਨ ਜੁੰਦੇ ਸੀ ਉਹ ਉੱਤਰ ਕਾਟੋ ਮੈਂ ਜਾਣਾ ਵੀ ਤੁਸੀਂ ਪੂਰੇ ਨਹੀਂ ਕੀਤੇ ਅਸੀਂ ਪੂਰੇ ਕਰਾਂਗੇ ਇਹ ਉੱਥੇ ਕਿ ਚੱਲਦੇ ਸੀ ਉੱਥੋਂ ਜਿਹੜੀ ਗੱਲ ਹੈ ਗੜਬੜ ਹੁੰਦੀ ਰਹੀ ਹੈ ਗੱਲ ਤੇ ਹੁਣ ਹੈਗੀ ਵੀ ਹੁਣ ਇਹ ਕੀ ਕਰਨਗੇ ਵੀ ਕਿੱਥੋਂ ਵਾਦੇ ਪੂਰੇ ਕਰਨਗੇ ਕਿਵੇਂ ਕਰਨਗੇ ਉਹ ਹਾਲ ਤੱਕ ਮੈਨੂੰ ਡਿਆਲੋਜੀ ਕੋਈ ਇਹਨਾਂ ਦੀ ਨਾਜ਼ਰ ਨਹੀਂ ਆ ਰਹੀ ਪਰ ਉਹ ਵਾਦੇ ਬਹੁਤ ਨੇ ਕਿ ਐਜੂਕੇਸ਼ਨ ਸਿਸਟਮ ਨੂੰ ਅਸੀਂ ਵਧੀਆ ਕਰਾਂਗੇ ਹੈਲਥ ਸਿਸਟਮ ਨੂੰ ਵਧੀਆ ਕਰਾਂਗੇ ਜਾਂ employment ਵਧਾਵਾਂਗੇ ਉਹਦੇ ਲਈ ਰੋਡ ਮੈਪ ਕੀ ਹੈ ਉਹ ਕਲੀਅਰ ਨਹੀਂ ਦਿਖਾਈ ਦੇ ਰਿਹਾ ਖੈਰ ਨਵੀਂ ਸਰਕਾਰ ਹੈ ਦੇਖਾਂਗੇ ਸਾਰੇ ਪੰਜਾਬ ਨੂੰ ਉਮੀਦਾਂ ਨੇ ਕਿਉਂਕਿ ਲੋਕਾਂ ਨੇ ਜਿਤਾਇਆ ਪੰਜ ਸਾਲ ਇਹਨਾਂ ਨੂੰ ਦਿੱਤੇ ਨੇ ਡੈਮੋਗ੍ਰਾਫਿਕਲੀ ਚੇਂਜ ਹੋ ਰਿਹਾ ਹੈਗਾ ਪੰਜਾਬ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਪ੍ਰਵਾਸ ਦੇ ਉੱਤੇ ਤੁਸੀਂ ਬਹੁਤ ਸਮਾਂ ਕੰਮ ਕੀਤਾ ਤੇ ਕਈ ਪ੍ਰੋਜੈਕਟਾਂ ਦੇ ਵਿੱਚ ਕੰਮ ਕਰ ਵੀ ਰਹੇ ਹੋ ਆਨਾਲ ਸਮੇਂ ਦੇ ਵਿੱਚ ਉਹ ਵੀ ਪ੍ਰੋਜੈਕਟ ਸਾਹਮਣੇ ਆਉਣਗੇ ਕੀ ਲੱਗਦਾ ਕੀ ਹੈ ਪੰਜਾਬ ਦੀ ਪ੍ਰਵਾਸ ਇੱਥੇ ਜਾ ਰਿਹਾ ਹੈਗਾ ਉਹ ਸਾਰਿਆਂ ਨੂੰ ਪਤਾ ਜੋ ਇਸ ਵੇਲੇ ਇਸ ਵੇਲੇ ਸਿਸਟਮ ਹੈ ਸਿੱਖਿਆ ਸਿਹਤ ਉਹ ਸਾਰਾ ਸਿਸਟਮ ਪਤਾ ਹੈ ਤੁਸੀਂ ਕੀ ਮੰਨਦੇ ਹੋ ਬੁੱਧੀਜੀਵੀ ਤੌਰ ਤੇ ਤੁਸੀਂ ਕੀ ਦੇਖਦੇ ਹੋ ਕਿ ਆ ਪੱਖ ਤਾਂ ਕਿਸੇ ਨੇ ਦੇਖਿਆ ਨਹੀਂ ਆ ਪੱਖ ਦੇਖਣਾ ਜ਼ਰੂਰੀ ਹੈ ਨਵੀਂ ਸਰਕਾਰ ਹੈ ਜਾਂ ਫਿਰ ਜਿਹੜੀ ਹਾਕਮ ਧੀਰਾ ਕੇਂਦਰ ਸਰਕਾਰ ਇਹਦੇ ਬਾਰੇ ਜ਼ਰੂਰ ਸੋਚੇ ਜਿਹੜੀ ਤੁਸੀਂ ਡੈਮੋਗ੍ਰਾਫਿਕ ਪੱਖ ਦੀ ਗੱਲ ਕੀਤੀ ਹੈ ਕੱਲਾ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੀ ਦੀ ਸਰਕਾਰ ਜਾਂ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਸਰਕਾਰਾਂ ਇੱਕ ਲੇ ਨੂੰ ਕਰਦੇ ਆਂ ਕਿ ਸਾਡੇ ਕੋਲ ਡੈਮੋਗ੍ਰਾਫਿਕ ਡਿਵਿਡੈਂਡ ਜਿਹੜਾ ਹੈਗਾ ਉਹ ਦੁਨੀਆ ਸਭ ਤੋਂ ਵੱਧ ਹੈ ਭਾਵ ਸਾਡੀ ਨੌਜਵਾਨ ਪੀੜ੍ਹੀ ਜਿਹੜਾ ਵਰਕਿੰਗ ਏਜ ਗਰੁੱਪ ਹੈ ਦੁਨੀਆ ਸਭ ਤੋਂ ਵੱਧ ਹੈਗਾ ਸਾਡੇ ਕੋਲ ਬੱਚੇ ਤੇ ਬੁੱਢਿਆਂ ਦੀ ਗਿਣਤੀ ਘੱਟ ਹੈਗੀ ਪਰ ਜੇ ਗੱਲ ਤੁਸੀਂ ਕੱਲੇ ਪੰਜਾਬ ਦੀ ਕਰਦੇ ਹੋ ਜਿਹੜਾ ਤੁਸੀਂ ਡੈਮੋਗ੍ਰਾਫਿਕ ਪੱਕ ਕਹਿੰਦੇ ਹੋ ਜਿੰਨਾ ਕੁ ਪ੍ਰਵਾਸ ਇੱਥੋਂ ਹੋ ਰਿਹਾ ਹੈ ਸਾਡਾ ਡੈਮੋਗ੍ਰਾਫਿਕ ਡਿਵਿਡੈਂਡ ਜਿਹੜਾ ਹੈਗਾ ਉਹ ਦਾ ਡੈਮੋਗ੍ਰਾਫਿਕ ਲਾਸ ਦੇ ਵਿੱਚ ਕਨਵਰਟ ਹੋ ਰਿਹਾ ਕਿਉਂਕਿ 10+2 ਤੋਂ ਬਾਅਦ ਬੱਚੇ ਵੱਡੇ ਪੱਧਰ ਤੇ ਬੰਗਲਾਦੇਸ਼ਾਂ ਜਾ ਰਹੇ ਨੇ ਤੇ ਆਈਲੈਂਡਸ ਜਾਂ ਉਸ ਤਰ੍ਹਾਂ ਦੇ ਕੋਰਸ ਕਰ ਕਰਕੇ ਨਿਕਲ ਰਹੇ ਨੇ ਫਿਰ ਜਿਹੜਾ ਸਾਡਾ ਉਹਦੇ ਬ੍ਰੇਨ ਦੀ ਫਾਰਮੇਸ਼ਨ ਹੈ ਉਹਦਾ ਸਮਾਜ ਕਰ ਰਿਹਾ ਹੈਗਾ ਤੇ ਬ੍ਰੇਨ ਡਰੇਨ ਹੋ ਰਿਹਾ ਬਾਹਰ ਨੂੰ ਬ੍ਰੇਨ ਗੇਨ ਉਹਨਾਂ ਨੂੰ ਹੋ ਰਿਹਾ ਤੇ ਫਿਰ ਤਾਂ ਸਾਨੂੰ ਬਹੁਤ ਵੱਡਾ ਲਾਸ ਹੋ ਰਿਹਾ ਹੈਗਾ ਫਿਰ ਜਿਹੜਾ ਡੈਮੋਗ੍ਰਾਫਿਕ ਡਿਵਿਡੈਂਡ ਹੋਣਾ ਹੈ ਉਹਨਾਂ ਚੋਂ ਬਹੁਤ ਵੱਡੀ ਗਿਣਤੀ ਉੱਥੇ ਸੈਟਲ ਹੋ ਰਹੀ ਹੈ ਤੇ ਉਹ ਵਾਪਸ ਆ ਨਹੀਂ ਰਹੇ ਸਗੋਂ ਉਹਦਾ ਫਿਰ ਉਸ ਤੋਂ ਬਾਅਦ ਜਦੋਂ ਬੱਚੇ ਜਾਂਦੇ ਨੇ ਪਹਿਲਾਂ ਕੈਪੀਟਲ ਡਰੇਨ ਕਿ ਪੈਸਾ ਬਾਅਦ ਜਾਂਦੇ ਨੇ ਉਹਦੇ ਫੀਸਾ ਪਹਿਲਾਂ ਜਾ ਰਹੇ ਨੇ ਜਦੋਂ ਉਹਨਾਂ ਨੂੰ ਪੀਆਰ ਮਿਲ ਜਾਂਦੀ ਹੈ ਬਾਕੀ ਪਿੱਛੇ ਪ੍ਰਾਪਰਟੀ ਵੇਚ ਕੇ ਫੇਰ ਪੈਸਾ ਜਾ ਰਿਹਾ ਹੈ ਜਿਹੜਾ ਬ੍ਰੇਨ ਸਮਾਜ ਨੇ ਡਿਵੈਲਪ ਕੀਤਾ ਉੱਥੇ ਜਾ ਰਿਹਾ ਤੇ ਜਿਹੜਾ ਡੈਮੋਗ੍ਰਾਫਿਕ ਡਿਵਿਡੈਂਡ ਦੀ ਗੱਲ ਕੀਤੀ ਹੈ ਵਰਕਿੰਗ ਏਜ ਗਰੁੱਪ ਵੀ ਉੱਥੇ ਜਾ ਰਿਹਾ ਉਹਦਾ ਨੁਕਸਾਨ ਕੀ ਹੈ ਤੁਸੀਂ ਜਰਨਲਿਸਟ ਹੋ ਪੰਜਾਬ ਚ ਘੁੰਮਦੇ ਹੋ ਜਦ ਤੁਸੀਂ ਪਿੰਡਾਂ ਜਾਂਦੇ ਹੋ ਤੇ ਪਿੰਡਾਂ ਦੀਆਂ ਗਲੀਆਂ ਖਾਲੀ ਨਜ਼ਰ ਆਉਂਦੀਆਂ ਨੇ ਪਿੰਡ ਸਾਨੂੰ ਖੋਲਿਆਂ ਵਰਗੇ ਦਿਖਾਈ ਦਿੰਦੇ ਨੇ ਜੇ ਇਹਹੀ ਚੱਲਦਾ ਰਿਹਾ ਇਹਦਾ ਵੱਡਾ ਨੁਕਸਾਨ ਇਹ ਹੈ ਕਿ ਜਾਣ ਵਾਲੇ ਲੋਕਾਂ ਜੋ ਬਹੁਤ ਹੀ ਵੱਡੀ ਗ ਖਾਸ ਕਰਕੇ ਪੰਜਾਬ ਚ ਜੱਟ ਕਾਸਟ ਦੀ ਹੈ ਇਹ ਉਹ ਜਨਰਲ ਕਾਸਟਾਂ ਨੇ ਜਾਂ ਜਨਰਲ ਕਾਸਟ ਹੈ ਜਿਹੜੇ ਪਿੰਡ ਦੀਆਂ ਸੰਸਥਾਵਾਂ ਜਿਵੇਂ এডਿਕੇਸ਼ਨ ਦੀਆਂ ਨੇ ਹੈਲਥ ਕੇਅਰ ਦੇ ਨੇ ਜਾਂ ਹੋਰ ਹੈ ਉਹ ਤੇ ਆਪਦਾ ਦਬਾਅ ਬਣਾ ਕੇ ਰੱਖਦੇ ਤੇ ਪਰ ਹੁਣ ਉਥੇ ਦਾ ਦੂਜੇ ਘਰਾਂ ਦੇ ਬੱਚੇ ਜਾ ਰਹੇ ਨੇ ਜਿਹੜੇ ਐਸਸੀ ਐਸਸੀ ਕੈਟਾਗਰੀ ਦੇ ਨੇ ਜਾਂ ਬੈਕਵਰਡ ਕਲਾਸ ਦੇ ਨੇ ਤੇ ਉਹਨਾਂ ਦਾ ਦਬਾਅ ਉਹ ਨਹੀਂ ਬਣਦਾ ਉਹ ਸਰਵਿਸ ਵੀ ਉਹਨਾਂ ਨੂੰ ਵਧੀਆ ਨਹੀਂ ਮਿਲ ਰਹੀਆਂ ਇਸ ਲਈ ਜਦੋਂ ਵੱਡੇ ਵੱੱਡੇ ਤੇ ਪ੍ਰਵਾਸ ਹੋਊਗਾ ਵੱਡੇ ਵੱੱਡੇ ਤੇ ਪ੍ਰਵਾਸ ਤੇ ਪਹਿਲਾ ਜਿਹੜਾ ਪ੍ਰਵਾਸ ਹੋਇਆ ਸੀ ਉਹਦੇ ਨਾਲ ਰੈਮੀਟੈਂਸ ਸਾਨੂੰ ਪਿੱਛੇ ਪੈਸਾ ਆਇਆ ਸੀ ਪੰਜਾਬ ਚ ਉਹਦੇ ਡਿਵੈਲਪਮੈਂਟ ਹੋਈ ਸੀ ਪਰ ਹੁਣ ਤਾਂ ਸਾਡਾ ਪੈਸਾ ਵੀ ਜਾ ਰਿਹਾ ਬ੍ਰੇਨ ਵੀ ਜਾ ਰਿਹਾ ਸਾਡਾ ਡੈਮੋਗ੍ਰਾਫਿਕ ਪੱਖ ਵੀ ਨੈਗੇਟਿਵ ਪਾਸੇ ਜੀ ਆਖਰੀ ਸਵਾਲ ਹੈ ਸੰਖੇਪ ਚ ਜਵਾਬ ਚਾਹਾਂਗੇ ਤੁਹਾਡੇ ਤੋਂ ਇਹ ਸਾਰੇ ਮਸਲੇ ਦਾ ਹੱਲ ਕੀ ਹੈ ਇਹਦਾ ਹੱਲ ਜਿਹੜਾ ਮੈਨੂੰ ਨਜ਼ਰ ਆਉਂਦਾ ਹੈ ਉਹ ਮੇਰਾ ਆਪਦਾ ਪਰਸਪੈਕਟਿਵ ਹੈ ਉਹਦੇ ਨਾਲ ਕੋਈ ਐਗਰੀ ਕਰ ਸਕਦਾ ਹੈ ਡਿਸਐਗਰੀ ਕਰ ਸਕਦਾ ਹੈ ਅਸੀਂ ਜੇ ਡਿਸਐਗਰੀਮੈਂਟ ਹੋਊਗਾ ਤਾਂ ਉਹਦੇ ਲਈ ਵੀ ਐਗਰੀਮੈਂਟ ਬਣਾ ਲਾਂਗੇ ਮੈਨੂੰ ਇਹ ਗੱਲ ਲੱਗਦੀ ਹੈ ਕਿ ਸਾਰੇ ਮਸਲੇ ਦਾ ਹੱਲ ਅਡਿਆਲੋਜੀ ਹੈਗੀ ਸਾਡਾ ਇਕਨੌਮਿਕ ਮਾਡਲ ਕਿਸ ਤਰ੍ਹਾਂ ਦਾ ਹੋਵੇ ਇਕਨੌਮਿਕ ਮਾਡਲ ਗੱਲ ਆ ਪੰਜਾਬ ਦੇ ਲੈਵਲ ਤੇ ਨਹੀਂ ਆਲ ਇੰਡੀਆ ਦੇ ਲੈਵਲ ਤੇ ਆ ਅਸੀਂ ਪ੍ਰੋ ਕਾਰਪੋਰੇਟ ਮਾਡਲ ਲਖਣਾ ਜਾਂ ਪ੍ਰੋ ਪੀਪਲ ਪ੍ਰੋ ਨੇਚਰ ਮਾਡਲ ਲਖਣਾ ਜੇ ਅਸੀਂ ਪ੍ਰੋ ਪੀਪਲ ਪ੍ਰੋ ਨੇਚਰ ਡਿਵੈਲਪਮੈਂਟ ਮਾਡਲ ਲਖਾਂਗੇ ਉਹ ਚ ਸਾਡਾ ਪਛਾਣ ਹੋਊਗਾ ਜੇ ਅਸੀਂ ਪ੍ਰੋ ਕਾਰਪੋਰੇਟ ਮਾਡਲ ਲਖਾਂਗੇ ਕਾਰਪੋਰੇਸ਼ਨਾਂ ਦਾ ਫਾਇਦਾ ਹੋਊਗਾ سرمایہਦਾਰਾਂ ਦਾ ਫਾਇਦਾ ਹੋਊਗਾ ਤੇ ਆਮ ਲੋਕ ਲਤਾੜੇ ਜਾਣਗੇ ਦੇਸ਼ ਪਿੱਛੇ ਜਾਊਗਾ ਸੂਬੇ ਪਿੱਛੇ ਜਾਣਗੇ ਸੋ ਸਾਡਾ ਸੂਬਾ ਵੀ ਪਿੱਛੇ ਜਾਊ ਧੰਨਵਾਦ ਸਰ ਸਮਾਂ ਦਿੱਤਾ ਬਹੁਤ ਸ਼ੁਕਰੀਆ ਜੀ ਤੁਹਾਡਾ ਸ਼ੁਕਰੀਆ ਜੀ ਜੀ ਤਾਂ ਡਾਕਟਰ ਗਿਆਨ ਸਿੰਘ ਜੀ ਹੋਰਾਂ ਦੇ ਨਾਲ ਕਾਫੀ ਗਿਆਨ ਭਰਪੂਰ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਸਵਾਲ ਇਹਨਾਂ ਨੂੰ ਕੀਤੇ ਤੇ ਜਵਾਬ ਇਹਨਾਂ ਨੇ ਬੜੇ ਬੇਬਾਕੀ ਦੇ ਨਾਲ ਦਿੱਤੇ ਤੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਹੱਲ ਹੈ ਜਿਹੜਾ ਕੱਢਿਆ ਜਾ ਸਕਦਾ ਹੈ ਨਿਯਤ ਤੇ ਨੀਤੀ ਇਹ ਦੋ ਸ਼ਬਦ ਨੇ ਜੇ ਇਹਨਾਂ ਦੇ ਉੱਤੇ ਕੋਈ ਵੀ ਸਰਕਾਰ ਜਾਂ ਕੋਈ ਵੀ ਆਰਗੇਨਾਈਜੇਸ਼ਨ ਸੰਸਥਾ ਇਹਨਾਂ ਦੇ ਉੱਤੇ ਖੜ ਜੇ ਤਾਂ ਜ਼ਰੂਰ ਜਿਹੜਾ ਉਹ ਮਸਲੇ ਦਾ ਹੱਲ ਉਹ ਹੋ ਸਕਦਾ ਹੈ ਉਮੀਦ ਕਰਦੇ ਹਾਂ ਕਿ ਪੰਜਾਬ ਬਿਹਤਰ ਹੋਵੇ ਪੰਜਾਬ ਜਿਸ ਤਰੀਕੇ ਨਾਲ ਅੱਜ ਹੈ ਕੱਲ ਨੂੰ ਇਸ ਤੋਂ ਬਿਹਤਰ ਹੋਵੇ ਉਮੀਦ ਕਰਦੇ ਹਾਂ ਸੋ ਫਿਲਹਾਲ ਮੈਨੂੰ ਅਨੰਤਪ੍ਰੀਤ ਸਿੰਘ ਨੂੰ ਦੋ ਇਜਾਜ਼ਤ ਵਿਖਦੇ ਪ੍ਰਾਈਮੇਸ਼ੀਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ੍ਰੀ ਅਕਾਲ